ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਟਾਂਡੀ ਮੰਗਤਾ ਬੋਲਦਾ ਵੈਨਕੂਵਰ ਤੋਂ। ਆਹ ਮੇਰੇ ਫਰੈਂਡ ਦੀ ਬੇਸਮੈਂਟ ਆ, ਅਤੇ ਇੱਥੇ ਸਟੂਡੈਂਟ ਰਹਿੰਦੇ 9-10 ਜਣੇ। ਉਹ ਜਿੱਦਾਂ ਵੀ ਤੜਕੇ ਨੂੰ ਨਿਕਲ ਜਾਂਦੇ ਆ ਅਤੇ ਤਕਾਲਾਂ ਨੂੰ ਹਨੇਰੇ ਹੋਏ ਆਉਂਦੇ ਆ, ਤਾਂ ਚਾਬੀ ਲੈ ਕੇ ਅਸੀਂ ਦੇਖੀਏ ਵੀ ਕੀ ਉਹਨੇ ਦੇਖਿਆ ਵੀ ਆਹ ਕੁਛ ਹੋ ਰਿਹਾ। ਫਿਰ ਉਹਨੇ ਮੈਨੂੰ ਸੱਦਿਆ ਅਤੇ ਉਹਨੇ 3 ਮਹੀਨਿਆਂ ਦਾ ਜੇ ਇਹਨੇ ਕਿਰਾਇਆ ਨਹੀਂ ਦਿੱਤਾ, ਇਹ ਨਹੀਂ ਸਟੂਡੈਂਟਾਂ ਨੇ। ਤੁਸੀਂ ਕਹਿੰਦੇ ਨਾ ਸਬੂਤ ਪੇਸ਼ ਕਰੋ ਜੀ, ਆ ਸਬੂਤ। ਅਤੇ ਇਸ ਕਰਕੇ ਮੈਂ ਕਹਿੰਦਾ ਵੀ ਇਹ ਜਿਹੜੇ ਸਟੂਡੈਂਟ ਆ, ਇਹ ਨਹੀਂ ਗੰਦ ਪਾਇਆ ਕੁੜੀਆਂ ਮੁੰਡਿਆਂ ਨੇ, ਜੇ ਨਾ ਇਹ ਨਹਾਉਂਦੇ ਆ ਨਾ ਧੋਂਦੇ ਆ, ਗੰਦਗੀ ਆ ਜਿੱਦਾਂ ਕਹਿੰਦਾ। ਮੈਨੂੰ ਤਾਂ ਲੱਗਦਾ ਕਿ ਅੱਜ ਦਾ ਏਡ ਵੀ ਹੈਗੀ ਹੈ ਇਹਨਾਂ ਨੂੰ, ਮਤਲਬ ਏਡ ਵੀ ਉੱਧਰੋਂ ਇੱਦਾਂ ਰੌਲਾ ਜਿਹਾ ਵੀ ਪਿਆ ਵੀ ਏਡ ਇਹ ਲਿਆ ਰਹੇ ਉੱਧਰੋਂ ਇੰਡੀਆ ਤੋਂ ਕੁੜੀਆਂ ਮੁੰਡੇ, ਜਿੱਦਾਂ ਵੀ ਸੈਕਸ ਕਰ ਰਹੇ ਆ, ਜਿੱਦਾਂ ਬਿਮਾਰੀਆਂ ਉੱਧਰੋਂ ਆ ਰਹੀਆਂ। ਇੱਥੇ ਹੋਸਪਿਟਲ ਦਾ ਖਰਚਾ ਕਿੰਨੇ ਦੇਣਾ ਆ? ਆ 21 ਘੰਟੇ ਦਾ ਜਿਹੜਾ ਕੰਮ ਆ, ਜਿਹੜਾ ਇਹਨਾਂ ਨੂੰ ਦਿੰਦੇ ਆ ਪੜ੍ਹਾਈ ਬੇਸ 'ਤੇ, ਇਹ ਆ ਰਹੇ ਰਹਿਣ ਲਈ ਆ ਰਹੇ ਆ, ਨਾ ਕਿ ਇਹ ਪੜ੍ਹਾਈ ਕਰਦੇ ਆ। ਆਹ ਕੁਛ ਕਰਦੇ ਕੰਮਾਂ ਕਾਰਾਂ 'ਤੇ ਜਾਂਦੇ ਆ, ਤੜਕੇ ਨਿਕਲ ਜਾਂਦੇ ਅਤੇ ਸ਼ਾਮ ਨੂੰ ਆਉਂਦੇ ਆ। ਇਸ ਕਰਕੇ ਇਹਨਾਂ ਨੂੰ ਆਹ ਜਿਹੜੇ ਪੜ੍ਹਾਈ ਕਰਕੇ ਜਾਣ, 21 ਘੰਟੇ ਵਿੱਚੋਂ ਕੱਢ ਦੇਣ ਗੌਰਮੈਂਟ। ਆ ਪ੍ਰਾਈਵੇਟ ਜਿਹੜੇ ਸਕੂਲ ਖੋਲ੍ਹਿਓ, ਇਹ ਬੰਦ ਕਰਨ। ਏਜੈਂਟ ਪੁਣਾ ਦਾ ਜਿਹੜਾ ਏਜੈਂਟ ਉੱਥੇ ਵੀ ਰੱਖਿਓ, ਇੱਥੇ ਵੀ ਰੱਖਿਓ। ਜਹਾਜ਼ਾਂ ਦੇ ਜਹਾਜ਼ ਇੰਡੀਆ ਤੋਂ ਆ ਰਹੇ ਆ, ਇੱਧਰਲੇ ਬੋਰਨ ਕੀ ਕਰਨਗੇ, ਇੱਧਰਲੇ ਲੋਕ ਕੀ ਕਰਨਗੇ? ਆਹ ਦੇਖੋ ਹਾਲ ਇਹਨਾਂ ਦਾ, ਦੇਖੋ ਆਹ ਦੇਖੋ ਹਾਲ ਬੇਸਮੈਂਟ ਦਾ। ਸੱਤਿਆਨਾਸ਼, ਉਹਨੂੰ ਪਤਾ ਨਹੀਂ ਕਿੰਨੇ ਹਜ਼ਾਰ ਰੁਪਈਆ ਲਾਉਣਾ ਪੈਣਾ ਬੇਸਮੈਂਟ 'ਤੇ। ਇਹਨੇ ਨੋਟਿਸ ਦਿੱਤਾ ਆ ਉਹਨੇ, ਉਹ ਕਹਿੰਦਾ ਵਿੱਚੇ ਹੀ ਨੰਗੇ ਘੁੰਮੀ ਜਾਂਦੇ ਆ, ਵਿੱਚੇ ਹੀ ਮਤਲਬ ਸਾਰਾ ਕੁਛ ਹੀ ਮੈਂ ਦੇਖਦਾ ਇਹਨਾਂ ਦੇ ਹਾਲਤ। ਨਾ ਗਰਜਵਾ ਛੱਡਦੇ, ਪੀਜੇ ਖਾਧੇ ਆ। ਆਹ ਦੇਖ ਲਓ ਬਾਥਰੂਮ ਦਾ ਕੀ ਹਾਲ ਆ, ਅਤੇ ਉਹ ਦੇਖ ਲਓ ਆਹ ਬਾਥਰੂਮ ਦੇ ਵਿੱਚ ਕੀ ਕਰਦੇ ਆ, ਟੱਬ ਦੇ ਵਿੱਚ ਹਾਲ ਦੇਖ ਲਓ, ਨਾ ਸਵਾ ਨਾ ਕਲੀਨ। ਅਤੇ ਇਸ ਕਰਕੇ ਮੈਂ ਇਹਨਾਂ ਨੂੰ ਕਹਿੰਦਾ ਵੀ ਇਹ ਮਤਲਬ ਇਹਨਾਂ ਦੇ ਯੋਗ ਨਹੀਂ ਇਹ ਦੇਸ਼, ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ, ਇਹ ਪਸ਼ੂਆਂ ਵਾਂਗ ਰਹਿੰਦੇ ਆ। ਇਹਨਾਂ ਦਾ ਡੰਗਰਾਂ ਵਾਲਾ ਅੰਦਰ ਚੰਗਾ ਹੁੰਦਾ ਸੀ, ਪਸ਼ੂਆਂ ਵਾਲਾ, ਉੱਥੇ ਆਪਾਂ ਇੰਡੀਆ 'ਚ ਰਹਿੰਦੇ ਰਹੇ ਆ, ਵੀ ਜਿੱਦਾਂ ਉਹ ਵਧੀਆ ਰਹਿ ਲੈਂਦੇ ਸੀਗੇ। ਇਹ ਸਟੂਡੈਂਟ ਜੋ ਕੁਛ ਇਹ ਇੱਥੇ ਕਰ ਰਹੇ ਆ, ਇਹ ਗੰਦੇ ਲੋਕ ਆ, ਇਹ ਖਾ ਰਹੇ, ਸੱਚੀ ਗੰਦੇ ਆ। ਇਹ ਨਹਾਉਂਦੇ ਵੀ ਨਹੀਂ ਆ, ਕੁੜੀਆਂ ਬੱਸ ਸਟੈਂਡਾਂ 'ਤੇ ਖਾਜਾਂ ਕਰਦੀਆਂ, ਜਿੱਦਾਂ ਕਹਿ ਲਓ ਵੀ ਕਦੀ ਕਿਤੇ ਹੱਥ ਮਾਰਦੀਆਂ, ਕਦੀ ਕੇਸ 'ਤੇ ਹੱਥਾਂ ਮਾਰਦੀਆਂ, ਵਾਲਾਂ 'ਚ ਮਾਰਦੀਆਂ, ਇਹਨਾਂ 'ਤੇ ਜੂਆਂ ਖਰੇ ਪਈਆਂ ਆ। ਇਸ ਕਰਕੇ ਇਹ ਲੋਕ ਪੜ੍ਹ ਕੇ ਇੱਥੋਂ ਜਾਣ, ਇਹ ਹੀ ਕਰਨਾ, ਘੰਟੇ ਕੱਢ ਦੇਣ 21, ਇਹ ਸਾਰੇ ਬੈਕ ਚੱਲ ਜਾਣ ਉੱਥੇ ਇੰਡੀਆ ਨੂੰ। ਅਤੇ ਇਹ ਜਿੱਦਾਂ ਗੌਰਮੈਂਟ ਦਾ ਵਧੀਆ ਕਦਮ ਨਹੀਂ, ਟਿਊਡੋ ਸਾਹਿਬ ਨੇ ਇਹ ਗਲਤੀ ਕੀਤੀ ਆ, ਜਹਾਜ਼ਾਂ ਦੇ ਜਹਾਜ਼ ਭਰ ਕੇ, ਉਹਦਾ ਆਸਟ੍ਰੇਲੀਆ ਨੇ ਤਾਂ ਨਿਊਜ਼ੀਲੈਂਡ ਨੇ ਬੰਦ ਕਰਤੇ, ਇੰਗਲੈਂਡ ਨੇ ਵੀ ਬੰਦ ਕਰ ਦਿੱਤੇ। ਇਸ ਕਰਕੇ ਮੈਂ ਟਾਂਡੀ ਮੰਗਤਾ ਜੀ ਤੁਹਾਡੇ ਤੋਂ ਖਿਮਾ ਦਾ ਜਾਗਦਾ। ਸਤਿ ਸ਼੍ਰੀ ਅਕਾਲ ਜੀ।